ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਫਿਰ ਤੋਂ ਇੱਕ ਨਵੀਂ ਵੀਜ਼ਾ ਸਕਸੈਸ ਸਟੋਰੀ ਦੇ ਨਾਲ ਹਾਜ਼ਰ ਹੋਏ ਹਾਂ ਜੀ। ਅੱਜ ਨੇ ਮੇਰੇ ਨਾਲ ਅਮਨਦੀਪ ਕੌਰ ਜੋ ਕਿ ਪਲੱਸ ਤੋਂ ਬਿਲੋਂਗ ਕਰਦੇ ਨੇ, ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕੀਤਾ ਜੀ। ਸਭ ਤੋਂ ਪਹਿਲੇ ਕੰਗਰੈਚੁਲੇਸ਼ਨ ਜੀ ਤੁਹਾਨੂੰ। ਸੋ ਕੈਨੇਡਾ ਵੀਜ਼ਾ ਗ੍ਰਾਂਟ ਕੀਤਾ ਜੀ, ਤੁਹਾਡੇ ਕੋਲੋਂ ਇਸ ਜਰਨੀ ਦੇ ਬਾਰੇ ਪੁੱਛਣਾ ਚਾਹਾਂਗੇ ਜੀ। ਓਮ ਗਲੋਬਲ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ? ਇੰਸਟਾਗ੍ਰਾਮ ਤੋਂ ਪਤਾ ਲੱਗਿਆ। ਸੋ ਪ੍ਰੋਫਾਈਲ ਦੇਖਦੇ ਹਾਂ ਜੀ, ਗ੍ਰੈਜੂਏਸ਼ਨ ਕੀਤੀ ਹੈ 2022 ਪਾਸ ਆਊਟ। ਉਸ ਤੋਂ ਬਾਅਦ ਪੜ੍ਹਾਈ ਦੇ ਵਿੱਚ ਗੈਪ ਸੀਗਾ, ਬੈਂਡ ਸਕੋਰ 6 ਓਵਰਆਲ, ਇੱਕ ਮੋਡਿਊਲ ਦੇ ਵਿੱਚ 5 ਸੀਗੇ। ਕਿਹੜੇ ਮੋਡਿਊਲ ਸੀਗੇ? ਸਪੀਕਿੰਗ। ਸੋ ਕਿੰਨੀ ਦੇਰ ਦੇ ਵਿੱਚ ਤੁਹਾਡੀ ਐਪਲੀਕੇਸ਼ਨ ਪ੍ਰੋਸੈਸ ਹੋਈ ਤੇ ਕਿੰਨੀ ਜਲਦੀ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ, ਇਹ ਪੁੱਛਣਾ ਚਾਹੂੰਗਾ ਜੀ। ਮੇਰੀ ਫਾਈਲ 15 ਡੇਸ ਦੇ ਵਿੱਚ ਲੱਗੀ ਹੋਈ ਸੀਗੀ। ਓਕੇ, 14 ਡੇਸ 'ਚ ਮੇਰਾ ਵੀਜ਼ਾ ਆ ਗਿਆ। 14 ਡੇਸ 'ਚ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ। ਸੋ ਪੈਸੇ ਵੀਜ਼ਾ ਤੋਂ ਪਹਿਲੇ ਦਿੱਤੇ ਆ ਬਾਅਦ 'ਚੋਂ? ਪੈਸੇ ਦਿੱਤੇ ਆ ਜੀ ਵੀਜ਼ਾ ਲੱਗਣ ਤੋਂ ਬਾਅਦ। ਸੋ ਸਰਵਿਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਓਮ ਗਲੋਬਲ ਨੇ ਜੋ ਤੁਹਾਨੂੰ ਪ੍ਰੋਵਾਈਡ ਕੀਤੀ ਹੈ? ਟੀਮ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ। ਟਾਈਮ ਟੂ ਟਾਈਮ ਮੈਨੂੰ ਦੱਸਿਆ ਗਿਆ ਕਿ ਤੁਹਾਡੀ ਫਾਈਲ ਦਾ ਪ੍ਰੋਸੈਸ ਕੀ ਚੱਲਦਾ ਪਿਆ। ਸੋ ਇਹ ਉਹ ਐਪਲੀਕੈਂਟ ਨੇ ਜੀ ਜਿਨ੍ਹਾਂ ਨੇ ਓਮ ਗਲੋਬਲ ਦੇ ਉੱਤੇ ਟਰੱਸਟ ਦਿਖਾਇਆ। 6 ਓਵਰਆਲ ਅਕਸਰ ਅਸੀਂ ਕਹਿੰਦੇ ਸੀ ਕਿ ਕਿਸੇ ਮੋਡਿਊਲ ਦੇ ਵਿੱਚ, ਲਾਈਕ 2 ਮੋਡਿਊਲ 'ਚ 5.5 ਬੈਂਡ ਹੈ, ਕਿਸੇ 'ਚ 5 ਆ ਜਾਂ 4.5 ਬੈਂਡ ਹੈ। ਓਮ ਗਲੋਬਲ ਵੀਜ਼ਾ ਲੈ ਕੇ ਦਊਗਾ, 15 ਦਿਨ 'ਚ ਫਾਈਲ ਅੰਬੈਸੀ 'ਚ ਲੌਗਇਨ ਕਰਾਂਗੇ, ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ। ਸੋ ਤੁਹਾਡੇ ਨਾਲ ਰੂਬਰੂ ਕਰਾਇਆ ਅਮਨਦੀਪ ਜਿਨ੍ਹਾਂ ਦਾ ਵੀਜ਼ਾ ਗ੍ਰਾਂਟ ਹੋਇਆ। ਸੋ ਹੋਪਫੁਲੀ ਤੁਹਾਨੂੰ ਵੀ ਇਸ ਚੀਜ਼ ਬਾਰੇ ਨੌਲੇਜ ਮਿਲੀ ਹੋਊਗੀ ਤਾਂ ਤੁਸੀਂ ਵੀ ਅਗਰ ਕੈਨੇਡਾ ਜਾਣਾ ਚਾਹੁੰਦੇ ਹੋ, ਬੈਂਡ ਸਕੋਰ ਘੱਟ ਹੈ, ਪਰਸੈਂਟੇਜ ਘੱਟ ਹੈ ਜਾਂ ਪੜ੍ਹਾਈ ਦੇ ਵਿੱਚ ਗੈਪ ਆ ਚੁੱਕਾ, ਤੁਸੀਂ ਵੀ ਅਮਨਦੀਪ ਵਾਂਗ ਆਪਦਾ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦੇ ਹੋ ਤੇ ਪੈਸੇ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ। ਧੰਨਵਾਦ।